ਜ਼ਿਲ੍ਹਾ ਸੰਗਰੂਰ ਦੇ ਪਿੰਡ ਬੇਜਲਪੁਰ ਦਾ ਨੌਜਵਾਨ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ, ਜਿਸ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਉਸਦੇ ਘਰ ਲੱਗੀਆਂ ਨੇ। ਇੱਕ ਪਾਸੇ ਖੁਸ਼ੀ ਦਾ ਮਾਹੌਲ ਹੈ ਅਤੇ ਦੂਜੇ ਪਾਸੇ ਕੈਨੇਡਾ ਦੀ ਪੁਲਿਸ ਵਿੱਚ ਜੋ ਪੁੱਤ ਭਰਤੀ ਹੋਇਆ ਉਸ ਨੂੰ ਲੈ ਕੇ ਮਾਣ ਵੀ ਪਰਿਵਾਰ ਮਹਿਸੂਸ ਕਰ ਰਿਹਾ। ਇਸ ਨਾਲ ਹੀ ਅਫਸੋਸ ਦੀ ਗੱਲ ਇਹ ਵੀ ਹੈ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀ ਦੇਣ ਤਾਂ ਉਹਨਾਂ ਦੇ ਧੀਆਂ ਪੁੱਤਰ ਪੰਜਾਬ ਤੋਂ ਬਾਹਰ ਕਿਉਂ ਜਾਣ, ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ। ਲੜਕੇ ਦੀ ਮਾਤਾ ਨੇ ਕਿਹਾ ਕਿ ਖੁਸ਼ੀ ਉਹਨਾਂ ਨੂੰ ਬਹੁਤ ਹੈ ਕਿ ਉਹਨਾਂ ਦਾ ਪੁੱਤ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ, ਪਰ ਉਹਨਾਂ ਤੋਂ ਬਹੁਤ ਦੂਰ ਹੈ, ਇਸਦਾ ਉਹਨਾਂ ਨੂੰ ਜ਼ਰੂਰ ਅਫਸੋਸ ਹੈ। ਪਰਿਵਾਰ ਦੇ ਵੱਲੋਂ ਸਰਕਾਰ ਪ੍ਰਤੀ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਹੈ, ਕਿਉਂਕਿ ਵਿਦੇਸ਼ ਦੇ ਵਿੱਚ ਅਕਸਰ ਨੌਜਵਾਨਾਂ ਨੂੰ ਇਸ ਲਈ ਜਾਣਾ ਪੈ ਰਿਹਾ ਕਿਉਂਕਿ ਰੁਜ਼ਗਾਰ ਦੀ ਪੰਜਾਬ ਦੇ ਵਿੱਚ ਘਾਟ ਹੈ, ਜਿਸ ਨੂੰ ਲੈ ਕੇ ਸਰਕਾਰ ਤੋਂ ਮੰਗ ਹਰ ਕੋਈ ਪਰਿਵਾਰ ਕਰਦਾ ਹੈ ਕਿ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਕਿਸੇ ਦਾ ਵੀ ਧੀਆ ਪੁੱਤ ਬਾਹਰ ਜੋ ਹੈ ਨੌਕਰੀ ਦੇ ਲਈ ਨਾ ਜਾ ਸਕੇ। ਗੁਰਜੀਤ, ਤੁਹਾਡੇ ਬੇਟੇ ਨੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ, ਤੁਹਾਡੇ ਪਿੰਡ ਬਿਜਲਪੁਰ ਦਾ ਅਤੇ ਪੰਜਾਬ ਦਾ, ਕੀ ਕਹਿਣਾ ਚਾਹੁੰਦੇ ਹੋ, ਕਿੰਨੀ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ, ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ। ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੁਆਇਸ ਸੀ ਵੀ ਮੈਂ ਪੁਲਿਸ 'ਚ ਲੱਗਣਾ, ਬਸ ਉਰੇ ਵਧੀਆ ਪੜ੍ਹਦਾ ਸੀ, ਖੇਡਦਾ ਵੀ ਸੀ, ਬਹੁਤ ਵਧੀਆ ਸੀ। ਉੱਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਅਤੇ ਸਟੱਡੀ ਵੀ ਕੀਤੀ ਹੈ, ਆਪਦਾ ਸਰੀਰ ਵੀ ਫਿੱਟ ਰੱਖਿਆ, ਸਾਰਾ ਕੁਛ ਵਧੀਆ ਕੀਤਾ, ਜੋਬ ਮਿਲੀ ਹੈ ਵੀਰੇ, ਖੁਸ਼ੀ ਬਹੁਤ ਹੈ। ਪਰ ਜਿਹੜਾ ਆਪਣਾ ਮਾਂ ਪਿਓ ਦਾ ਬੱਚੇ ਨਾਲੋਂ ਗਾਇਬ ਪੈ ਜਾਂਦਾ, ਔਖਾ ਬਹੁਤ ਜ਼ਿਆਦਾ। ਇਹ ਨਹੀਂ ਲੱਗਦਾ ਕਿ ਜੇ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ 'ਚ ਹੋਰ ਵੀ ਜ਼ਿਆਦਾ ਹਿਸਾਬ ਮਿਲ ਜਾਣੀ ਸੀ ਵੀਰੇ? ਉਹਨੇ ਯੂਨੀਵਰਸਿਟੀ ਟਰਾਇਲ ਦਿੱਤੇ ਸੀ ਉਰੇ, ਬਸ ਉਹਨੂੰ ਉਰੇ ਵਾਲੀਆਂ ਸਰਕਾਰਾਂ ਦਾ ਪਤਾ, ਉਰੇ ਦੂਸਰਾ ਬੱਚਾ ਰੱਖ ਲਿਆ, ਇਹ ਉਹ ਕਰਤਾ, ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ, ਨਹੀਂ ਉਹ ਤਾਂ ਜਾਂਦਾ ਨਹੀਂ ਸੀ, ਖੁਸ਼ੀ ਨਹੀਂ ਸੀ। ਉਹ ਉਰੇ ਕਰ ਲੈਂਦਾ, ਬਹੁਤ ਕੁਛ ਕਰ ਲੈਂਦਾ ਉਰੇ, ਉਹ ਸਾਨੂੰ ਮਾਣ ਵੀ ਸੀ ਬਚਪਨ ਤੋਂ ਹੀ, ਉਹ ਛੋਟਾ ਹੁੰਦਾ ਪੂਰਾ। ਫਿਰ 2000 ਜਦੋਂ 7 'ਚ ਵਰਲਡ ਕੱਪ ਚੱਲਿਆ ਉਦੋਂ ਉਹਨੂੰ ਬਹੁਤ ਖੁਸ਼ੀ ਸੀ ਵੀ ਮੈਂ ਖੇਡਿਆ, ਛੋਟਾ ਜਿਹਾ ਹੁੰਦਾ ਸੀ ਉਦੋਂ ਉਹ। ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਉਰੀ ਸ਼ਮਸਪੁਰ ਉਰੀ, ਉਹ ਸਾਡੇ ਰਿਸ਼ਤੇਦਾਰ ਸੀ, ਉਹਨਾਂ ਕੋਲ ਜਾਂਦਾ ਖੇਡਦਾ, ਬਹੁਤ ਵਧੀਆ ਕਰਦਾ ਸੀ, ਮਿਹਨਤ ਬਹੁਤ ਕੀਤੀ ਵੀਰੇ। ਉਰੋਂ ਪੱਟੀਆਲ ਤੱਕਰ ਗੁਰੂ ਘਰ ਤੱਕਰ ਭੱਜਣ ਜਾਂਦਾ ਸੀ। ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰਿਆ, ਹੁਣ ਵੀ ਉਹਨੇ ਜਿਹੜੀ ਆਹ ਜੁਆਇਨਿੰਗ ਲਈ ਆ ਪੁਲਿਸ 'ਚ, ਬਹੁਤ ਜ਼ਿਆਦਾ ਸਟਰਗਲ ਕਰੇ। ਕੀ ਨਾਮ ਹੈ ਤੁਹਾਡਾ? ਦਰਸ਼ਨ ਸਿੰਘ ਜੀ, ਸਾਬਕਾ ਸਰਪੰਚ। ਕਿਹੜਾ ਪਿੰਡ ਹੈ ਜੀ? ਬਿਜਲਪੁਰ ਜੀ। ਦਰਸ਼ਨ ਜੀ, ਤੁਹਾਡਾ ਬੇਟਾ ਕੁਲਜੀਤ ਸਿੰਘ ਨੇ ਕੈਨੇਡਾ ਪੁਲਿਸ ਦੇ ਵਿੱਚ ਜੁਆਇਨ ਕੀਤਾ, ਕਿੰਨੀ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਾਨੂੰ ਬਹੁਤ ਹੱਦੋਂ ਵੱਧ ਖੁਸ਼ੀ ਹੈ ਜੀ। ਸਾਡੇ ਬੱਚੇ ਨੇ ਜਾ ਕੇ ਉੱਥੇ ਕੈਨੇਡਾ ਦੇ ਵਿੱਚ ਪੁਲਿਸ ਭਰਤੀ ਹੋਇਆ, ਪਰ ਸਾਨੂੰ ਇੱਕ ਗੱਲ ਦਾ ਬੜਾ ਅਫਸੋਸ ਹੈ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ, ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ, ਚੰਗੀਆਂ ਸਿਹਤ ਦੇਣ, ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ, ਸਾਡੇ ਬੱਚੇ ਬਾਹਰ ਨਾ ਜਾਣ। ਸਾਡੇ ਸਰਕਾਰਾਂ ਨੂੰ ਧਿਆਨ ਕਰਨਾ ਚਾਹੀਦਾ ਇਹ ਕੰਮਾਂ 'ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਦੇ ਕੋਲ ਰੱਖੀਏ, ਚੰਗੇ ਬੱਚਿਆਂ ਨੂੰ ਬਾਹਰ ਨਾ ਜਾਣ। ਤੁਹਾਡੇ ਇਕੱਲਾ ਇਕੱਲਾ ਬੇਟਾ ਸੀ, ਅੱਜ ਬਾਹਰ ਮਤਲਬ ਕਿ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ, ਕਿਵੇਂ ਲੱਗਦਾ ਤੁਹਾਨੂੰ? ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ, ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ, ਬੜੀ ਖੁਸ਼ੀ ਹੈ। ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਦੇ ਦੇਸ਼ 'ਚ ਰਹਿ ਕੇ, ਆਪਦੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ, ਉਰੇ ਮੁਲਾਜ਼ਮ ਹੁੰਦਾ, ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ। ਪਰ ਅੱਜ ਫਿਰ ਵੀ ਸਾਨੂੰ ਮਹਿਸੂਸ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਅਸੀਂ ਉਰੇ ਖੁਸ਼ੀ ਮਿਲਾ ਰਹੇ, ਕਿੱਥੇ ਜੇ ਉਰੇ ਵਾਲੀਆਂ ਸਰਕਾਰਾਂ ਗੌਰ ਕਰਨ ਤਾਂ ਸਾਡੇ ਬੱਚੇ ਉਰੇ ਮੱਲੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਦੀ ਵੱਡੀ ਸਿਸਟਰ ਹਾਂ ਜੀ।
ਬਹੁਤ ਖੁਸ਼ੀ ਦੀ ਗੱਲ ਹੈ ਜੀ ਵੀ ਮੇਰੇ ਬ੍ਰਦਰ ਨੇ ਜਾ ਕੇ ਉੱਧਰ ਬਹੁਤ ਵਧੀਆ ਕੋਸ਼ਿਸ਼ ਕੀਤੀ ਅਤੇ ਉਹਨੇ ਉੱਧਰ ਜਾ ਕੇ ਨੌਕਰੀ ਹਾਸਿਲ ਕੀਤੀ ਹੈ ਜੀ। ਬਟ ਜੇ ਉਹ ਇਹੀ ਜੋਬ ਇੱਧਰ ਹਾਸਿਲ ਕਰਦਾ ਜੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਵੀ ਹੁੰਦਾ ਅਤੇ ਇੱਧਰ ਪੰਜਾਬ 'ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ। ਬਟ ਅਸੀਂ ਅੱਜ ਵੀ ਉਹ 'ਤੇ ਪ੍ਰਾਊਡ ਫੀਲ ਕਰਦੇ ਹਾਂ ਜੀ ਕਿ ਉਹਨੇ ਅੱਜ ਮਤਲਬ ਉੱਧਰ ਜਾ ਕੇ ਉਸ ਬਾਹਰਲੀ ਧਰਤੀ 'ਤੇ ਜਾ ਕੇ ਇੰਨੀ ਸਟਰਗਲ ਕਰਕੇ ਜੀ ਅੱਜ ਆਪਣੇ ਆਪ ਨੂੰ ਬਹੁਤ ਕਾਮਯਾਬ ਬਣਾਇਆ। ਅੱਜ ਖੁਸ਼ੀ ਦੇ ਦਿਨ ਉਹਨੂੰ ਮਿਸ ਕਰ ਰਹੇ? ਹਾਂਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਜੀ ਕਿਉਂਕਿ ਸਾਡੇ ਤੋਂ ਛੋਟਾ ਹੀ ਦੋਨਾਂ ਤੋਂ ਓਬੀਅਸਲੀ ਵੱਡੀਆਂ ਭੈਣਾਂ ਨੂੰ ਆਪਣੇ ਭਰਾ ਦਾ ਜ਼ਿਆਦਾ ਹੀ ਹੁੰਦਾ ਜੀ। ਅੱਜ ਉਹਦਾ ਬਰਥਡੇ ਵੀ ਆ ਤਾਂ ਅਸੀਂ ਉਹਨੂੰ ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਟ ਅਸੀਂ ਪ੍ਰਾਊਡ ਵੀ ਬਹੁਤ ਜ਼ਿਆਦਾ ਫੀਲ ਕਰਦੇ ਹਾਂ ਜੀ। ਹਾਂਜੀ ਕੀ ਨਾਮ ਹੈ ਤੁਹਾਡਾ? ਸਤਿਗੁਰ ਸਿੰਘ ਜੀ। ਕਿਹੜਾ ਪਿੰਡ ਹੈ? ਬਿਜਲਪੁਰ ਹੈ ਜੀ। ਸਤਿਗੁਰ ਜੀ ਤੁਹਾਡੇ ਪਿੰਡ ਦੇ ਬੱਚੇ ਕੁਲਜੀਤ ਸਿੰਘ ਨੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ, ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ, ਕੀ ਕਿੰਨੀ ਖੁਸ਼ੀ ਹੈ ਪਿੰਡ ਵਾਸਤੇ? ਬਹੁਤ ਬੜੀ ਖੁਸ਼ੀ ਹੈ ਜੀ, ਸਾਡੇ ਪਿੰਡ ਦਾ ਨਾਮ ਉੱਚਾ ਹੋਇਆ ਅਤੇ ਖਾਸ ਕਰਕੇ ਸਰਦਾਰ ਦਰਸ਼ਨ ਸਿੰਘ ਵੀ ਵਧਾਈ ਦੇ ਪਾਤਰ ਨੇ ਮਾਤਾ, ਅਤੇ ਉਹਨਾਂ ਨੇ ਸਭ ਤੋਂ ਵੱਡੇ ਟੀਚਰ ਪਹਿਲਾਂ ਮਾਂ ਪਿਓ ਹੁੰਦੇ ਨੇ ਬੱਚੇ ਦੀ, ਠੀਕ ਹੈ ਜੀ। ਬਹੁਤ ਵਧੀਆ ਖੁਸ਼ੀ ਹੈ ਜੀ, ਬੱਚੇ ਨੇ ਜਾ ਕੇ ਉਹਦਾ ਤਰੱਕੀ ਕੀਤੀ ਹੈ, ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਵੀ ਥੋੜ੍ਹਾ ਜਿਹਾ ਇੱਕ ਫੀਲ ਹੈ ਜਿਵੇਂ ਹੁਣ ਮਾਂ ਪਿਓ ਦੱਸਦੇ ਨੇ, ਸਾਰੇ ਆਪਾਂ ਇਹ ਫੀਲ ਕਰਦੇ ਹਾਂ ਵੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਡਾ ਬੱਚਾ ਉਰੀ ਰਹਿ ਕੇ ਤਰੱਕੀ ਕਰਦਾ ਉਹ ਜ਼ਿਆਦਾ ਵਧੀਆ ਸੀ, ਇਹ ਇਹੀ ਫੀਲ ਹੈ ਜੀ। ਹੋਰ ਤਾਂ ਬੱਚੇ ਨੇ ਵਧੀਆ ਤਰੱਕੀ ਕੀਤੀ ਹੈ, ਸਾਡੇ ਨਗਰ ਦਾ ਨਾਂ ਰੋਸ਼ਨ ਕੀਤਾ, ਬਹੁਤ ਬਹੁਤ ਚੰਗੀ ਗੱਲ ਹੈ ਜੀ। ਜਰਨੈਲ ਸਿੰਘ ਜੀ। ਜਰਨੈਲ ਸਿੰਘ ਜੀ ਤੁਹਾਡੇ ਭਾਣਜੇ ਨੇ ਕੈਨੇਡਾ ਦੇ ਵਿੱਚ ਵੱਡਾ ਨਾਮ ਬਣਾਇਆ ਪੰਜਾਬ ਦਾ, ਆਪਣੇ ਪਿੰਡ ਦਾ, ਕਿੰਨੀ ਖੁਸ਼ੀ ਹੈ ਤੁਹਾਨੂੰ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਅੱਜ ਪਰਿਵਾਰ ਖੁਸ਼ੀ ਮਨਾ ਰਿਹਾ ਸੀ ਅਤੇ ਨਾਲ ਸਾਨੂੰ ਮਤਲਬ ਇਸ ਗੱਲ ਦਾ ਦੁੱਖ ਵੀ ਆ ਵੀ ਜੇ ਕਿਤੇ ਸਰਕਾਰਾਂ ਇੱਥੇ ਉਹਨੂੰ ਕੋਈ ਇਸ ਤਰ੍ਹਾਂ ਦੀ ਜੋਬ ਦਿੰਦੀਆਂ ਤਾਂ ਉਹ ਜ਼ਿਆਦਾ ਖੁਸ਼ੀ ਸੀ। ਬੱਚਾ ਘਰ ਰਹਿੰਦਾ, ਹਰ ਇੱਕ ਬੱਚਾ ਲਾ ਲਓ ਤੁਸੀਂ ਇੱਥੇ 20-30 ਲੱਖ ਰੁਪਈਆ ਲਾ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ, ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਜਾ ਕੇ ਸਮੱਸਿਆ ਆ ਰਹੀਆਂ ਨੇ ਕੰਮ ਕਰਨ ਨੂੰ, ਪਰ ਫਿਰ ਵੀ ਬੱਚੇ ਕਰ ਰਹੇ ਨੇ ਅਤੇ ਇੰਨਾ ਪੈਸਾ ਮਤਲਬ ਜਿਹੜਾ ਬਾਹਰ ਜਾ ਰਿਹਾ ਇਹ ਇੱਥੇ ਹੀ ਰਹਿੰਦਾ, ਸਰਕਾਰਾਂ ਜੇ ਇਹਨਾਂ ਨੂੰ ਇੱਥੇ ਉਹ ਕਰਦੀਆਂ ਪੈਸਾ ਵੀ ਉਰੇ ਰਹਿੰਦਾ ਬੱਚੇ ਵੀ ਉਰੇ ਰਹਿੰਦੇ, ਸਾਡਾ ਸਾਰਾ ਕਰੀਮ ਹੈ ਜਿਹੜੀ ਮਤਲਬ ਬੱਚਿਆਂ ਨੇ ਜਿਹਨਾਂ ਨੇ ਕੁਛ ਬਣਨਾ ਹੈ ਉਹ ਬੱਚੇ ਸਾਰੇ ਉੱਧਰ ਜਾ ਰਹੇ ਨੇ, ਪੰਜਾਬ ਦਾ ਮਤਲਬ ਇਸ ਹਿਸਾਬ ਨਾਲ ਤਾਂ ਉਹ ਸਿਸਟਮ ਹੋ ਜੂਗਾ, ਰੁਕ ਜੂਗਾ, ਕਿੱਥੋਂ ਚੱਲੂਗਾ ਕਾਰੋਬਾਰ, ਕਿੱਥੋਂ ਇੰਜੀਨੀਅਰ, ਕਿੱਥੋਂ ਕੀ ਕੁਛ ਆਊਗਾ,